ਸਸ਼ੀਕਾਲ ਜੀ ਰਮਨ ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਆਪਣੀ ਲਾਸਟ ਵੀਡੀਓ ਦੇ ਵਿੱਚ ਵਾਕ ਬੋਧ ਬਾਰੇ ਪੜਿਆ ਸੀ ਤੇ ਵਿਆਕਰਨਕ ਇਕਾਈਆਂ ਦੇ ਬਾਰੇ ਪੜਿਆ ਸੀ ਤੇ ਅੱਜ ਆਪਾਂ ਵਿਆਕਰਨਕ ਇਕਾਈਆਂ ਨੂੰ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਤੇ ਪਹਿਲੀ ਜਿਹੜੀ ਵਿਆਕਰਨਕ ਇਕਾਈ ਸੀ ਉਹ ਸਾਡੀ ਵਾਕ ਸੀਗੀ ਤੇ ਅੱਜ ਅਸੀਂ ਵਾਕ ਦੇ ਬਾਰੇ ਪੜਾਂਗੇ ਪਹਿਲਾਂ ਵਾਕ ਦੀ ਪਰਿਭਾਸ਼ਾ ਦੇਖਦੇ ਹਾਂ ਵਾਕ ਦੀ ਪਰਿਭਾਸ਼ਾ ਹੈਗੀ ਆ ਵਾਕ ਅਜਿਹੇ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਹੜੇ ਨਿਸ਼ਚਿਤ ਤਰਤੀਬ ਵਿੱਚ ਬੱਜੇ ਹੁੰਦੇ ਹਨ ਅਤੇ ਜੋ ਕਿਸੇ ਭਾਵ ਨੂੰ ਪ੍ਰਗਟ ਕਰਦੇ ਹਨ ਉਹਨਾਂ ਨੂੰ ਵਾਕ ਕਿਹਾ ਜਾਂਦਾ ਹੈ ਹਾਂਜੀ ਵਾਕ ਕੀ ਹੁੰਦੇ ਨੇ ਸ਼ਬਦਾਂ ਦਾ ਸਮੂਹ ਹੁੰਦਾ ਇਹਦੇ ਚ ਕੀ ਨੇ ਹਰ ਇੱਕ ਸ਼ਬਦ ਆ ਜਿਹੜਾ ਇੱਕ ਨਿਸ਼ਚਿਤ ਤਰਤੀਬ ਦੇ ਵਿੱਚ ਲੱਗੇ ਹੁੰਦੇ ਨੇ ਤੇ ਉਹ ਕੀ ਨੇ ਕਿਸੇ ਭਾਵ ਨੂੰ ਪ੍ਰਗਟ ਕਰਦੇ ਹੁੰਦੇ ਭਾਵ ਕੀ ਉਹ ਵਾਕ ਦਾ ਕੋਈ ਨਾ ਕੋਈ ਮੀਨਿੰਗ ਆ ਜਿਹੜਾ ਉਹ ਨਿਕਲਦਾ ਹੁੰਦਾ ਤੇ ਉਹੀ ਸਾਡਾ ਵਾਕ ਹੁੰਦਾ ਤੇ ਜਿਹੜਾ ਸਾਡੇ ਭਾਸ਼ਾ ਦੀ ਸਭ ਤੋਂ ਵੱਡੀ ਸਾਰਥਕ ਇਕਾਈ ਆ ਉਹ ਵੀ ਵਾਕ ਹੀ ਹੁੰਦੀ ਹੈ ਠੀਕ ਹੈ ਜੀ ਤੇ ਵਾਕ ਦੀ ਲੰਬਾਈ ਵੀ ਕੋਈ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਬਾਕੀ ਇਹ ਇਹ ਛੋਟਾ ਵੀ ਹੋ ਸਕਦਾ ਇਹ ਵੱਡਾ ਵੀ ਹੋ ਸਕਦਾ ਇਹਦੀ ਲੰਬਾਈ ਅਸੀਂ ਕਦੇ ਵੀ ਨਾਪ ਨਹੀਂ ਸਕਦੇ ਨਾ ਹੀ ਇੱਕ ਨਿਸ਼ਚਿਤ ਕਰ ਸਕਦੇ ਆ ਕਿ ਇਹਦੀ ਲੰਬਾਈ ਕਿੰਨੀ ਹੋਵੇਗੀ ਜਿਵੇਂ ਐਗਜ਼ਾਮਪਲ ਹੈਗੀ ਆ ਮੋਹਿਤ ਹਾਕੀ ਖੇਡਦਾ ਹੈ ਇਹ ਵੀ ਇੱਕ ਕੀ ਆ ਵਾਕ ਹੈ ਸਾਡਾ ਕਿ ਮੋਹਿਤ ਹਾਕੀ ਖੇਡਦਾ ਹੈ ਤੇ ਅੱਗੇ ਕਾਲੇ ਕੁੜਤੇ ਵਾਲਾ ਮੋਹਿਤ ਸਵੇਰ ਦਾ ਹਾਕੀ ਖੇਡਦਾ ਹੈ ਇਹ ਵੀ ਇੱਕ ਵਾਕ ਹੈ ਠੀਕ ਹੈ ਜੀ ਇਹ ਕੀ ਇਹ ਛੋਟਾ ਵਾਕ ਹੈ ਇਹ ਵੱਡਾ ਵਾਕ ਹੈ ਇਸ ਤੋਂ ਵੱਡਾ ਵਾਕ ਵੀ ਹੋ ਸਕਦਾ ਭਾਵ ਕੀ ਹੈ ਕਿ ਅਸੀਂ ਇਹਨਾਂ ਦੀ ਜਿਹੜੀ ਕੀ ਲੰਬਾਈ ਉਹ ਨਿਸ਼ਚਿਤ ਨਹੀਂ ਕਰ ਸਕਦੇ ਇਹ ਅੱਗੇ ਤੋਂ ਅੱਗੇ ਵਾਕ ਜਿਹੜਾ ਕੀ ਵੱਧਦਾ ਹੀ ਚਲੇ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਵਾਕ ਦੇ ਹਿੱਸੇ ਹੁੰਦੇ ਨੇ ਜਿਹੜਾ ਸਾਡਾ ਵਾਕ ਹੈ ਇਹਦੇ ਕੀ ਨੇ ਦੋ ਹਿੱਸੇ ਹੁੰਦੇ ਨੇ ਇੱਕ ਕੀ ਇਹਦਾ ਉਦੇਸ਼ ਹੁੰਦਾ ਇੱਕ ਵਿਧੇ ਹੁੰਦਾ ਉਦੇਸ਼ ਦੇ ਵਿੱਚ ਕੀ ਹੁੰਦਾ ਕਿ ਜਿਸ ਸੰਬੰਧੀ ਕਿਹਾ ਜਾਵੇ ਉਹ ਕੀ ਹੁੰਦਾ ਸਾਡਾ ਉਦੇਸ਼ ਹੁੰਦਾ ਕਿ ਜਿਸ ਸੰਬੰਧੀ ਅਸੀਂ ਕੋਈ ਗੱਲ ਕਹਿੰਦੇ ਆ ਉਹ ਸਾਡਾ ਉਦੇਸ਼ ਹੋ ਗਿਆ ਜਿਵੇਂ ਰਾਮ ਖੇਡੇਗਾ ਕਿਹਦੇ ਬਾਰੇ ਗੱਲ ਕੀਤੀ ਗਈ ਹੈ ਰਾਮ ਬਾਰੇ ਰਾਮ ਇੱਥੇ ਕੀ ਹੋ ਗਿਆ ਉਦੇਸ਼ ਹੋ ਗਿਆ ਸੈਕਿੰਡ ਹੈਗਾ ਤੇਰੇ ਪਿਤਾ ਜੀ ਮੈਨੂੰ ਮਿਲੇ ਸਨ ਠੀਕ ਹੈ ਜੀ ਤੇਰੇ ਪਿਤਾ ਜੀ ਇਹ ਕੀ ਹੈ ਉਦੇਸ਼ ਹੋ ਗਿਆ ਇਹਨਾਂ ਬਾਰੇ ਕੀ ਹੈ ਗੱਲ ਕਹੀ ਗਈ ਹੈ ਮੈਨੂੰ ਮਿਲੇ ਸਨ ਤਾਂ ਇਹ ਕੀ ਹੋ ਗਿਆ ਸਾਡਾ ਉਦੇਸ਼ ਹੋ ਗਿਆ ਕਿਉਂਕਿ ਜਿਸ ਸੰਬੰਧੀ ਕਿਹਾ ਜਾਵੇ ਕਿਹਦੇ ਸੰਬੰਧੀ ਕਿਹਾ ਜਾ ਰਿਹਾ ਹੈ ਰਾਮ ਬਾਰੇ ਕਿਹਾ ਜਾ ਰਿਹਾ ਤੇ ਇੱਥੇ ਤੇਰੇ ਪਿਤਾ ਜੀ ਬਾਰੇ ਕਿਹਾ ਜਾ ਰਿਹਾ ਇਹ ਸਾਡਾ ਕੀ ਹੋ ਗਿਆ ਉਦੇਸ਼ ਨੈਕਸਟ ਹੈਗਾ ਸਾਡਾ ਵਿਧੇ ਵਿਧੇ ਕੀ ਹੁੰਦਾ ਹੈ ਕਿ ਜੋ ਕੁਛ ਉਦੇਸ਼ ਸੰਬੰਧੀ ਆਖਿਆ ਜਾਂਦਾ ਹੈ ਉਸ ਨੂੰ ਵਿਧੇ ਕਿਹਾ ਜਾਂਦਾ ਹੈ ਭਾਵ ਕੀ ਇਹਦੇ ਚ ਕੀ ਸੀਗਾ ਜਿਸ ਸੰਬੰਧੀ ਕਿਹਾ ਜਾਵੇ ਤੇ ਜਿਸ ਸੰਬੰਧੀ ਕੀ ਹੋ ਗਿਆ ਉਹ ਉਦੇਸ਼ ਹੋ ਗਿਆ ਤੇ ਇਹਦੇ ਚ ਕੀ ਹੈ ਕਿ ਜੋ ਕੁਛ ਉਦੇਸ਼ ਸੰਬੰਧੀ ਕਿਹਾ ਜਾਵੇ ਕਿ ਉਸ ਸੰਬੰਧੀ ਕੀ ਕਿਹਾ ਗਿਆ ਉਹ ਸਾਡਾ ਵਿਧੇ ਹੁੰਦਾ ਜਿਵੇਂ ਰਮਨ ਖੇਡੇਗਾ ਠੀਕ ਹੈ ਜੀ ਰਮਨ ਹੈ ਉਦੇਸ਼ ਹੈ ਇਹਦੇ ਸੰਬੰਧੀ ਗੱਲ ਕੀ ਕਹੀ ਗਈ ਹੈ ਕਿ ਉਹ ਖੇਡੇਗਾ ਤੇਰੇ ਪਿਤਾ ਜੀ ਮੈਨੂੰ ਮਿਲੇ ਸਨ ਤੇਰੇ ਪਿਤਾ ਜੀ ਉਦੇਸ਼ ਹੈ ਤੇ ਇਹਨਾਂ ਸੰਬੰਧੀ ਗੱਲ ਕੀ ਕਹੀ ਗਈ ਹੈ ਮੈਨੂੰ ਮਿਲੇ ਸਨ ਠੀਕ ਹੈ ਜੀ ਇਹ ਸਾਡਾ ਉਦੇਸ਼ ਔਰ ਇਹ ਸਾਡਾ ਵਿਧੇ ਹੋ ਗਿਆ ਫੇਰ ਤੋਂ ਦੇਖੋ ਉਦੇਸ਼ ਕੀ ਹੁੰਦਾ ਕਿ ਜਿਹਦੇ ਬਾਰੇ ਕੋਈ ਗੱਲ ਕਹੀ ਜਾਵੇ ਜਿਸ ਦੇ ਸੰਬੰਧ ਵਿੱਚ ਕਹੀ ਜਾਵੇ ਉਹ ਉਦੇਸ਼ ਹੋ ਗਿਆ ਤੇ ਉਦੇਸ਼ ਸੰਬੰਧੀ ਜੋ ਕੁਛ ਆਖਿਆ ਜਾਵੇ ਉਹ ਸਾਡਾ ਕੀ ਹੁੰਦਾ ਵਿਧੇ ਹੁੰਦਾ ਠੀਕ ਹੈ ਜੀ ਅੱਗੇ ਹੁੰਦੀਆਂ ਨੇ ਵਾਕ ਦੀਆਂ ਕਿਸਮਾਂ ਜਿਹੜੀ ਵਾਕ ਦੀ ਸ਼੍ਰੇਣੀ ਵੰਡ ਹੈ ਤਿੰਨ ਵਿਧੀਆਂ ਦੇ ਨਾਲ ਕੀਤੀ ਜਾਂਦੀ ਹੈ ਠੀਕ ਹੈ ਜੀ ਤਿੰਨ ਵਿਧੀਆਂ ਦੇ ਆਧਾਰ ਤੇ ਵੀ ਵੰਡ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਇੱਕ ਬਣਤਰ ਦੇ ਆਧਾਰ ਤੇ ਹੁੰਦੀ ਹੈ ਇੱਕ ਅਰਥਾਂ ਜਾਂ ਕਾਰਜ ਦੇ ਆਧਾਰ ਤੇ ਹੁੰਦੀ ਹੈ ਤੇ ਥਰਡ ਭਾਵਾਂ ਦੇ ਆਧਾਰ ਤੇ ਹੁੰਦੀ ਹੈ ਠੀਕ ਹੈ ਜੀ ਜਿਹੜੀ ਵਾਕ ਦੀ ਕਿਸਮਾਂ ਦੀ ਅੱਗੇ ਡਿਟੇਲ ਹੈ ਉਹ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤੇ ਅੱਜ ਦੇ ਆਪਣਾ ਸਿਰਫ ਇਹੀ ਸੀ ਕਿ ਵਾਕ ਦੀ ਇੱਕ ਪਰਿਭਾਸ਼ਾ ਕੀਤੀ ਅਸੀਂ ਵਾਕ ਕੀ ਹੁੰਦਾ ਕਿ ਇੱਕ ਜਿਹੜੇ ਕਿ ਇਹਨੇ ਸ਼ਬਦਾਂ ਦਾ ਸਮੂਹ ਹੁੰਦਾ ਜੋ ਇੱਕ ਨਿਸ਼ਚਿਤ ਤਰਤੀਬ ਦੇ ਵਿੱਚ ਲੱਗੇ ਹੁੰਦੇ ਤੇ ਉਹਨਾਂ ਤੋਂ ਮਿਲ ਕੇ ਕੀ ਇੱਕ ਵਾਕ ਬਣਦਾ ਤੇ ਵਾਕ ਦਾ ਇੱਕ ਜਿਹੜਾ ਕੀ ਆ ਭਾਵ ਉਹ ਪ੍ਰਗਟ ਹੁੰਦਾ ਤੇ ਵਾਕ ਦੀ ਲੰਬਾਈ ਕੀ ਆ ਅਸੀਂ ਨਾਪ ਨਹੀਂ ਸਕਦੇ ਇਹਦੀ ਲੰਬਾਈ ਜਿੰਨੀ ਵੀ ਹੋ ਸਕਦੀ ਹੈ ਠੀਕ ਹੈ ਜੀ ਤੇ ਇਹ ਭਾਸ਼ਾ ਦੀ ਕੀ ਆ ਸਭ ਤੋਂ ਵੱਡੀ ਸਾਰਥਕ ਇਕਾਈ ਹੈ ਤੇ ਉਸ ਤੋਂ ਬਾਅਦ ਵਾਕ ਦੇ ਹਿੱਸੇ ਜਿਹੜੀ ਕੀ ਆ ਵਿਆਕਰਨ ਅਨੁਸਾਰ ਵਾਕ ਸਾਡਾ ਜਿਹੜਾ ਕੀ ਆ ਦੋ ਹਿੱਸੇ ਹੁੰਦੇ ਨੇ ਇੱਕ ਉਦੇਸ਼ ਹੁੰਦਾ ਇੱਕ ਵਿਧੇ ਹੁੰਦਾ ਉਦੇਸ਼ ਕੀ ਹੁੰਦਾ ਕਿ ਜਿਸ ਸੰਬੰਧੀ ਕੋਈ ਗੱਲ ਕਹੀ ਜਾਵੇ ਉਹ ਉਦੇਸ਼ ਹੋ ਗਿਆ ਤੇ ਵਿਧੇ ਕੀ ਹੁੰਦਾ ਕਿ ਉਦੇਸ਼ ਸੰਬੰਧੀ ਜੋ ਗੱਲ ਕਹੀ ਜਾਂਦੀ ਉਹ ਸਾਡਾ ਵਿਧੇ ਹੋ ਗਿਆ ਤੇ ਜਿਹੜੀਆਂ ਇਹਦੀਆਂ ਕਿਸਮਾਂ ਨੇ ਉਹਦੀ ਵੰਡ ਹੈ ਜਿਹੜੀ ਤਿੰਨ ਵਿਧੀਆਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਬਣਤਰ ਦੇ ਆਧਾਰ ਤੇ ਅਰਥਾਂ ਜਾਂ ਕਾਰਜ ਦੇ ਆਧਾਰ ਤੇ ਥਰਡ ਹੈਗਾ ਭਾਵਾਂ ਦੇ ਆਧਾਰ ਤੇ ਠੀਕ ਹੈ ਜੀ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹਦੀ ਪਰਿਭਾਸ਼ਾ ਤੇ ਇਹਦੇ ਹਿੱਸੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੇ ਜਿਹੜੀਆਂ ਇਹਦੀਆਂ ਕਿਸਮਾਂ ਨੇ ਉਹ ਆਪਾਂ ਨੈਕਸਟ ਵੀਡੀਓ ਦੇ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਠੀਕ ਹੈ ਜੀ ਤੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ